ਪੰਜਾਬ 'ਚ ਚੋਰ ਅਤੇ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ਼ ਲਗਾਇਆ ਜਾ ਸਕਦਾ ਹੈ। ਮਾਮਲਾ ਸੰਗਰੂਰ ਦਾ ਹੈ ਜਿੱਥੇ SSP ਦਫ਼ਤਰ ਤੋਂ ਮਹਿਜ ਕੁਝ ਕਦਮਾਂ ਦੇ ਫਾਸਲੇ 'ਤੇ ਚੋਰਾਂ ਨੇ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਇੱਕ NRI ਦੀ ਕਾਰ ਦਿਨ ਦਿਹਾੜੇ ਚੋਰੀ ਕਰ ਲਈ। ਇੰਨਾ ਹੀ ਨਹੀਂ, ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ CCTV ਕੈਮਰੇ 'ਚ ਵੀ ਕੈਦ ਹੋ ਗਈ, ਜਿਸ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ CCTV ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਹ NRI ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਪਰਤ ਰਿਹਾ ਸੀ ਅਤੇ ਇਸ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਲਈ ਜਿੱਦਾਂ ਹੀ ਦੁਕਾਨ ਦੇ ਅੰਦਰ ਗਿਆ ਤਾਂ ਇਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ ਅਤੇ ਕਾਰ ਕੋਲ ਆ ਕੇ ਰੁਕੇ। ਪਹਿਲੇ ਇੱਕ ਮੋਟਰਸਾਈਕਲ ਸਵਾਰ ਵੀ ਉਸੇ ਦੁਕਾਨ ਦੇ ਅੰਦਰ ਕੁਝ ਸਮਾਨ ਲੈਣ ਗਿਆ ਅਤੇ ਫਿਰ ਉਹ ਮੋਟਰਸਾਈਕਲ 'ਤੇ ਬੈਠ ਕੇ ਉੱਥੋਂ ਚਲਾ ਗਿਆ। ਇਸ ਦੌਰਾਨ ਕੁਝ ਹੀ ਦੇਰ ਬਾਅਦ ਮੋਟਰਸਾਈਕਲ 'ਤੇ ਆਇਆ ਦੂਸਰਾ ਨੌਜਵਾਨ ਆਇਆ ਅਤੇ ਆਰਾਮ ਨਾਲ ਕਾਰ 'ਚ ਬੈਠ ਕੇ ਕਾਰ ਲੈ ਕੇ ਰਫੂ ਚੱਕਰ ਹੋ ਗਿਆ। ਇਹ ਸਾਰੀ ਵਾਰਦਾਤ CCTV ਕੈਮਰੇ 'ਚ ਕੈਦ ਹੋ ਗਈ। ਉੱਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ ਕਰ CCTV ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੈਂ ਅੱਜ ਸਵੇਰੇ ਤਕਰੀਬਨ 10 ਵਜੇ ਹੋਸਪਿਟਲ 'ਚ ਮਾਤਰ ਪਿੰਡ ਨੂੰ ਜਾ ਰਿਹਾ ਸੀਗਾ। ਰਸਤੇ 'ਚ ਮੌਲ ਆਉਂਦਾ ਗਾ, ਮੈਂ ਥੋੜ੍ਹਾ ਸਮਾਨ ਖਰੀਦਣਾ ਸੀਗਾ, ਉੱਥੇ ਗੱਡੀ ਖੜ੍ਹੀ, ਸਟਾਰਟ ਹੀ ਗੱਡੀ ਖੜ੍ਹੀ ਕਰ ਗਿਆ ਮੈਂ ਵੀ ਚਲੋ ਇੱਕ ਮਿੰਟ ਦਾ ਕੰਮ ਹੈਗਾ। ਚੱਲ ਮੈਂ ਅੰਦਰ ਜਾ ਕੇ ਸਮਾਨ ਲੈਣ ਲੱਗਿਆ, ਪਿੱਛੋਂ 2 ਬੰਦੇ ਮੋਟਰਸਾਈਕਲ 'ਤੇ ਆਏ, ਸਿਆਣ 'ਚ ਨਹੀਂ ਆਉਂਦੇ ਸੀਗੇ ਵੈਸੇ, ਉਹ ਬਾਅਦ 'ਚ ਕੈਮਰੇ ਤੋਂ ਪਤਾ ਲੱਗਿਆਗਾ। ਅਤੇ ਉਹ ਆਏ, ਇੱਕ ਬੰਦਾ ਮੋਟਰਸਾਈਕਲ 'ਤੇ ਚਲਾ ਗਿਆ, ਇੱਕ ਬੰਦਾ ਗੱਡੀ ਸਟਾਰਟ ਕਰਕੇ ਭੱਜ ਗਿਆ। ਮੈਂ ਰੌਲਾ ਪਾਇਆ ਮਾੜਾ ਮੋਟਾ, ਚੱਲ ਪੁਲਿਸ ਨੂੰ ਫੋਨ ਕਰਿਆ, ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਸ਼ਾਮ ਤੱਕ ਭਾਲ ਭੁਲ ਗਏ, ਹੁਣ ਰੱਖ ਦਰਜ ਕਰਾਈ ਹੈਗੀ। ਗੱਡੀ ਹਲੇ ਮਿਲੀ ਨਹੀਂ, ਫੀਗੋ ਗੱਡੀ ਹੈਗੀ, PB13Z86। ਪਰਮਜੀਤ ਸਿੰਘ ਵਾਸੀ ਦੁੱਗਾ ਆਪਣੀ ਕਾਰ ਫੋਰਡ ਫੀਗੋ 'ਤੇ ਸ਼ਹਿਰ ਸੰਗਰੂਰ ਆਇਆ ਸੀ ਅੱਜ। ਉਹ ਵਾਪਸ ਜਾ ਰਿਹਾ ਸੀ ਕਰੀਬ 10 ਵਜੇ ਸਵੇਰੇ, ਅਤੇ ਜਦੋਂ ਗਰਗ ਕਰਿਆਨਾ ਸਟੋਰ ਬਰਨਾਲਾ ਰੋਡ 'ਤੇ ਪਹੁੰਚਿਆ ਤਾਂ ਉੱਥੇ ਕਾਰ ਨੂੰ ਸਟਾਰਟ ਖੜ੍ਹੀ ਛੱਡ ਕੇ ਸਟੋਰ ਦੇ ਅੰਦਰ ਚਲਾ ਗਿਆ। ਸਾਹਮਣੇ ਦੇਖ ਰਿਹਾ ਸੀ ਉਹਨੇ ਦੇਖਿਆ ਵੀ 2 ਜਵਾਨ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੇ ਇੱਕ ਜਵਾਨ ਨੇ 2 ਮਿੰਟ ਰੁਕਣ ਤੋਂ ਬਾਅਦ ਕਾਰ 'ਚ ਬੈਠਾ ਮੋਟਰਸਾਈਕਲ ਵਾਲਾ ਮੋਟਰਸਾਈਕਲ ਲੈ ਗਿਆ ਅਤੇ ਦੂਸਰਾ ਜਿਹੜਾ ਸੀ ਉਹ ਕਾਰ ਲੈ ਕੇ ਭੱਜ ਗਏ। ਜਿੱਥੇ ਇਹ ਚੋਰੀ ਹੋਈ ਹੈ ਉਹ ਜਿਹੜਾ ਚੋਰ ਸੀ ਉਹਨਾਂ ਨੂੰ ਦਿਖਿਆ ਵੀ ਬੜਾ ਈਜ਼ੀ ਟਾਰਗੇਟ ਹੈ, ਕਿਉਂਕਿ ਕਾਰ ਜਿਹੜੀ ਸੀ ਉਹ ਸਟਾਰਟ ਵਿੱਚ ਚਾਬੀ ਛੱਡੀ ਗਈ ਸੀਗੀ। ਪਰ ਫਿਰ ਵੀ ਮਿਹਨਤ ਕਰਕੇ ਜਿਹੜੇ ਚੋਰ ਨੇ ਦੋਨੇ ਉਹਨਾਂ ਦੀ CCTV ਫੁਟੇਜ ਦੇਖ ਕੇ ਆਈਡੈਂਟੀਫਿਕੇਸ਼ਨ ਕਰ ਲਈ ਗਈ ਹੈ, FIR ਦਰਜ ਕਰਤੀ ਗਈ ਹੈ, ਜਲਦੀ ਇਹਨਾਂ ਚੋਰਾਂ ਨੂੰ ਫੜ ਕੇ ਅਤੇ ਕਾਰ ਜਿਹੜੀ ਉਹਨੂੰ ਬਰਾਮਦ ਕਰ ਲਿਆ ਜਾਏਗਾ। ਬਿਊਰੋ ਰਿਪੋਰਟ, ਪੰਜਾਬ ਟੂਡੇ।